ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਜੋੜੋ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੇ ਨਾਲ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਕੁਝ ਉੱਦਮ ਦੇ ਸ਼ਬਦ ਹਨ, ਕੁਝ ਉਧਾਰ ਦੇ ਸ਼ਬਦ ਹਨ। ਬਹੁਤ ਸਾਰੀ ਪਵਿੱਤਰ ਗੁਰਬਾਣੀ ਸਤਿਗੁਰਾਂ ਨੇ ਸਾਡੇ ਵਾਸਤੇ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਕੋਈ ਸਮਝ ਪੈ ਜਾਵੇ। ਉਸਤਤ ਦੇ ਸ਼ਬਦ ਹਨ, ਆਓ ਮਨ ਜੋੜੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਨਾਲ ਇਹ ਗੁਰਬਾਣੀ ਦਾਸ ਨੇ ਜਿਵੇਂ ਜਿਵੇਂ ਹੁਕਮ ਹਨ, ਉੱਦਮ ਕੀ ਹੈ, ਉਸ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਪੜ੍ਹੀ ਹੈ। ਪੜ੍ਹ ਕੇ ਆਪ ਸੰਗਤਾਂ ਤੱਕ ਸੁਣਾ ਰਿਹਾ ਹੈ। ਹੋ ਸਕਦਾ ਹੈ ਮਨ ਨੂੰ ਕੋਈ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦਾ ਉਪਦੇਸ਼ ਲੱਗ ਜਾਵੇ, ਜਿਵੇਂ ਦਵਾਈਆਂ ਲੱਗ ਜਾਣ ਤੇ ਆਰਾਮ ਆ ਜਾਂਦਾ ਹੈ, ਜੇ ਦਵਾਈ ਨਾ ਲੱਗੇ ਤਾਂ ਆਰਾਮ ਨਹੀਂ ਆਉਂਦਾ। ਤੇ ਹਰ ਹਰ ਨਾਮ ਵੀ ਦਵਾਈ ਹੈ, ਔਖਦ ਹੈ। ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਵਾਹਿਗੁਰੂ ਜੀ ਦਾ ਨਾਮ ਜਪਣਾ, ਉੱਦਮ ਕਰਨਾ, ਸਿਮਰਨ ਕਰਨਾ, ਉਹਦੇ ਨਾਲ ਦੁੱਖ ਦੂਰ ਹੋ ਜਾਂਦੇ ਹਨ। ਆਓ ਜੁੜੋ ਗੁਰਬਾਣੀ ਨਾਲ। ਮਨ ਸਰੀਰ ਵਿੱਚ ਰਹਿੰਦਾ ਹੈ, ਬੋਡੀ ਵਿੱਚ ਰਹਿੰਦਾ ਹੈ, ਦੇਹ ਵਿੱਚ ਰਹਿੰਦਾ ਹੈ, ਆਹ ਜਿਹੜਾ ਤਨ ਹੈ ਇਹਦੇ ਵਿੱਚ ਰਹਿੰਦਾ ਹੈ। ਜਿਵੇਂ ਕੋਈ ਬੰਦਾ ਕਿਸੇ ਮਕਾਨ ਵਿੱਚ ਰਹਿੰਦਾ ਹੈ, ਮਨ ਦਾ ਮਕਾਨ ਜਿਹੜਾ ਹੈ ਉਹ ਆ ਸਰੀਰ ਹੈ। ਇਹ ਚਿਤਵਦਾ ਹੈ, ਉੱਦਮ ਕਰਦਾ ਹੈ, ਕਿਵੇਂ ਪ੍ਰਸ਼ਾਦਾ ਮਿਲੇਗਾ, ਕਿਵੇਂ ਰੋਜੀ ਰੋਟੀ ਖਾਵਾਂਗਾ। ਸਤਿਗੁਰੂ ਜੀ ਫਰਮਾਉਂਦੇ ਹਨ, ਕਿਉਂ ਚਿੰਤਾ ਕਰਦਾ ਹੈ। ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ। ਤੇਰੀ ਰੋਜ਼ੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਹੈ, ਹੋਰ ਕਿਸੇ ਦੇ ਹੱਥ ਨਹੀਂ। ਤੇਰਾ ਰਿਜਕ ਨਿਰੰਕਾਰ ਦੇ ਵਸ ਹੈ, ਨਾ ਰਿਜਕ ਦਸਤ ਆ ਕਸੇ। ਜਦੋਂ ਤੂੰ ਜਨਮ ਲਿਆ ਹੈ ਪਹਿਲਾਂ ਤੈਨੂੰ ਅਕਾਲ ਪੁਰਖ ਜੀ ਨੇ ਰਿਜਕ ਦੇ ਕੇ ਭੇਜਿਆ ਹੈ, ਪਹਿਲੋਂ ਦੇ ਤੈ ਰਿਜਕ ਸੰਭਾਹਾ। ਪਿੱਛੋਂ ਜਨਮ ਹੋਇਆ ਹੈ, ਪਿੱਛੋਂ ਦੇ ਤੈ ਜੰਤੋ ਬਾਹਾ। ਮਨ ਨੂੰ ਸਮਝਾਉਂਦੇ ਹਨ, ਐ ਮਨਾ ਇੱਧਰ ਤੱਕ। ਸੈਲ ਪੱਥਰ ਮਹਿ ਜੰਤ ਉਪਾਏ, ਸੈਲ ਪੱਥਰ ਜਿਹੜੇ ਹੁੰਦੇ ਨੇ ਉਹਦੇ ਵਿੱਚ ਵੀ ਜਿਹੜੇ ਜੀਆ ਜੰਤ ਰਹਿੰਦੇ ਹਨ। ਕਈ ਵਾਰੀ ਪੱਥਰ ਤੋੜੋ ਤੇ ਵਿੱਚੋਂ ਕੀੜਾ ਨਿਕਲ ਆਉਂਦਾ ਹੈ, ਉਹਨੂੰ ਵੀ ਭੁੱਖ ਲੱਗਦੀ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਸੈਲ ਪੱਥਰ ਮਹਿ ਜੰਤ ਉਪਾਏ। ਪੱਥਰ ਤੋੜੋ ਤੇ ਕਈ ਵਾਰੀ ਜਦੋਂ ਉਸ ਕੀੜੇ ਨੂੰ ਦੇਖੋ ਤੇ ਉਹਦੇ ਮੂੰਹ ਵਿੱਚ ਵੀ ਰਿਜ਼ਕ ਹੁੰਦਾ ਹੈ। ਤਾਕਾ ਰਿਜ਼ਕ ਆ ਗਏ ਕਰ ਧਰਿਆ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦੁਨੀਆ ਦੇ ਮਾਲਕ ਨਿਰੰਕਾਰ ਜੀ ਪੱਥਰਾਂ ਵਿੱਚ ਜਿਹੜੇ ਜੀ ਜੰਤ ਕੀੜੇ ਹਨ ਉਹਨਾਂ ਨੂੰ ਵੀ ਰਿਜ਼ਕ ਦੇ ਰਹੇ ਹਨ। ਬੰਦਿਆ ਤੂੰ ਕਿਉਂ ਇੰਨੀ ਰਾਤ ਦਿਨੇ ਚਿੰਤਾ ਕਰਦਾ ਹੈ। ਕਾਹੇ ਰੇ ਮਨ ਚਿੱਤ ਵਹਿ ਉਦਮ। ਜਿਸ ਅਕਾਲ ਪੁਰਖ ਨੇ ਜਨਮ ਦਿੱਤਾ ਹੈ, ਦੁਨੀਆ ਦੇ ਵਿੱਚ ਭੇਜਿਆ ਹੈ, ਜਨਮ ਤੋਂ ਪਹਿਲੇ ਵੀ ਰਿਜ਼ਕ ਦੇ ਕੇ ਭੇਜਿਆ ਹੈ, ਸਾਰੀ ਜ਼ਿੰਦਗੀ ਉਹ ਅਕਾਲ ਪੁਰਖ ਵਾਹਿਗੁਰੂ ਤੈਨੂੰ ਭੁੱਖਾ ਨਹੀਂ ਰਹਿਣ ਦਿੰਦਾ। ਸਤਿਗੁਰੂ ਜੀ ਕਹਿੰਦੇ ਹਨ, ਉੱਦਮ ਕਰਨਾ ਹੈ ਤਾਂ ਨਾਮ ਜਪਣ ਦਾ ਕਰ। ਰੋਜੀ ਦਾ ਉੱਦਮ ਉਹਨਾਂ ਕੁ ਕਰ ਜਿਹਦੇ ਨਾਲ ਤੇਰਾ ਬਾਗ ਪਰਿਵਾਰ ਪਲਦਾ ਜਾਵੇ। ਇੱਕ ਬਹਾਨਾ ਹੈ ਉੱਦਮ ਦਾ,
ਉਦਮ ਕਰਿੰਦੇ ਆ, ਜੀਓ ਤੋਂ ਕਮਾਉਂਦੇ ਆ ਸੁਖ ਪੁੰਚ, ਧਿਆਇਂਦਿਆਂ ਤੋਂ ਪ੍ਰਭੂ ਮਿਲ ਨਾਨਕ ਉਤਰੀ ਜਿੰਦ। ਉਦਮ ਕਰਕੇ ਕਮਾਈ ਕਰ, ਉਦਮ ਕਰਕੇ ਉਦਮ ਕਰੇਗਾ ਤੇ ਤੇਰੇ ਘਰ ਵਿੱਚ ਧਨ ਅੰਨ ਧਨ ਦਾ ਘਾਟਾ ਨਾ ਰਵੇਗਾ। ਸਤਿਗੁਰੂ ਜੀ ਕਹਿੰਦੇ ਹਨ, ਉਦਮ ਉਤਨਾ ਕੁ ਕਰ ਜਿਹਦੇ ਨਾਲ ਤੈਨੂੰ ਪਰਮੇਸ਼ਰ ਨਾ ਵਿਸਰ ਜਾਵੇ, ਵਾਹਿਗੁਰੂ ਨਾ ਭੁੱਲ ਜਾਵੇ, ਆਪਣਾ ਮਾਲਕ, ਆਪਣਾ ਖਸਮ, ਆਪਣਾ ਨਿਰੰਕਾਰ ਨਾ ਭੁੱਲ ਜਾਵੇ। ਮਨ ਵਿੱਚ ਭਰੋਸਾ ਰੱਖ, ਜੇ ਪੱਥਰਾਂ ਵਿੱਚ ਵਾਹਿਗੁਰੂ ਦੇ ਸਕਦੇ ਹਨ ਤੇ ਸਾਨੂੰ ਕਿਉਂ ਨਹੀਂ ਦੇਣਗੇ। ਉਦਮ ਕਰਨਾ ਹੈ ਤਾਂ ਨਾਮ ਜਪਣ ਦਾ ਕਰ, ਗੁਰਦੁਆਰੇ ਜਾਣ ਦਾ ਕਰ, ਗੁਰਬਾਣੀ ਪੜ੍ਹਨ ਦਾ ਕਰ। ਜੇ ਇਹ ਉਦਮ ਕਰੇਗਾ ਤੇ ਤੇਰਾ ਮੈਲਾ ਮਨ ਨਿਰਮਲ ਹੋ ਜਾਵੇਗਾ, ਕਿਉਂਕਿ ਮਨ ਵਿੱਚ ਗੁਰਬਾਣੀ ਤਾਂ ਟਿਕਦੀ ਹੈ ਜੇ ਮਨ ਨਿਰਮਲ ਹੋਵੇ। ਜੇ ਮਨ ਨਿਰਮਲ ਨਾ ਹੋਵੇ ਤੇ ਗੁਰਬਾਣੀ ਦਾ ਅਸਰ ਨਹੀਂ ਹੁੰਦਾ, ਗੁਰਬਾਣੀ ਉੱਥੇ ਨਹੀਂ ਟਿਕਦੀ। ਸਤਿਗੁਰ ਜੀ ਕਹਿੰਦੇ ਹਨ, ਉਦਮ ਕਰ, ਉਦਮ ਕਰਤ ਮਨ ਨਿਰਮਲ ਹੋਆ। ਜਿਵੇਂ ਜਿਵੇਂ ਉਦਮ ਕਰੇਗਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰੇਗਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਵਾਹਿਗੁਰੂ ਦੀਆਂ ਵਡਿਆਈਆਂ ਕਰੇਗਾ, ਉਹਦੇ ਨਾਮ ਦੀ ਵਿਚਾਰ ਕਰੇਗਾ, ਗੁਰਬਾਣੀ ਦੀ ਵਿਚਾਰ ਕਰੇਗਾ, ਤੇਰਾ ਮਨ ਨਿਰਮਲ ਹੋ ਜਾਵੇਗਾ। ਉਦਮ ਕਰਨਾ ਹੈ ਤਾਂ ਆ ਉਦਮ ਕਰ, ਉਦਮ ਕਰਤ ਮਨ ਨਿਰਮਲ ਹੋਆ। ਬਾਬੇ ਦੇ ਲੜ ਲੱਗ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ, ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਜਾਹਰ ਪੀਰ ਜਗਤ ਗੁਰੂ ਬਾਬਾ ਜੀ ਦੇ ਲੜ ਲੱਗ। ਜੇ ਉਦਮ ਕਰੇਗਾ ਬੜਾ ਸੁੱਖ ਮਿਲੇਗਾ, ਬੜਾ ਘਰ ਵਿੱਚ ਵੀ ਦੇਹ ਵਿੱਚ ਵੀ ਆਨੰਦ ਆ ਜਾਵੇਗਾ। ਉਦਮ ਕਰਤ ਆਨੰਦ ਭਇਆ, ਉਦਮ ਕਰਤ ਆਨੰਦ ਭਇਆ। ਉਦਮ ਕਰੇਗਾ, ਨਾਮ ਜਪੇਗਾ, ਸਿਮਰਨ ਕਰੇਗਾ, ਗੁਰਬਾਣੀ ਪੜ੍ਹੇਗਾ, ਸੇਵਾ ਕਰੇਗਾ, ਆਪਣੇ ਸਤਿਗੁਰਾਂ ਨਾਲ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਮਨ ਜੋੜੇਗਾ, ਬੜਾ ਆਨੰਦ ਬਣ ਜਾਵੇਗਾ। ਉਦਮ ਕਰਤ ਆਨੰਦ ਭਇਆ, ਜਿਨ੍ਹਾਂ ਨੇ ਕੀਤਾ ਹੈ ਫਰਮਾ ਰਹੇ ਹਨ ਆਨੰਦ ਭਇਆ। ਸਿਮਰਤ ਸੁਖ ਸਾਰ, ਅਕਾਲ ਪੁਰਖ ਜੀ ਨੂੰ ਸਿਮਰਦੇ ਆ, ਸਿਮਰਦੇ ਆ, ਕਿਉਂਕਿ ਸਾਰੀਆਂ ਸੌ ਹੱਥ ਰਸਾ ਸਿਰੇ ਤੇ ਗੰਢ, ਸਾਰਿਆਂ ਸੁੱਖਾਂ ਦਾ ਸਾਰ ਹੈ ਅਕਾਲ ਪੁਰਖ ਜੀ ਦਾ ਸਿਮਰਨ। ਸਿਮਰਤ ਸੁਖ ਸਾਰ, ਇਹ ਸਾਰ ਹੈ, ਇਹ ਤੱਤ ਹੈ। ਹੁਣ ਅੱਗੋਂ ਫਰਮਾਉਂਦੇ ਹਨ, ਉਦਮ ਕਰਿੰਦਿਆਂ ਜੀਓ ਤੂੰ, ਉਦਮ ਕਰਕੇ ਜਿਉਣਾ ਕਰ, ਆਲਸ ਨਾ ਕਰ, ਉਂਗਲਾਉਣਾ ਨਾ ਕਰ। ਮਨ ਦਾ ਸੁਭਾਅ ਹੈ ਇਹ ਮਨ ਆਲਸੀਆ ਉਂਗਲਾਨਾ। ਲਾਵਾਂ ਵਿੱਚ ਵੀ ਕਿਹਾ ਹੈ, ਹਰ ਪਹਿਲੜੀ ਲਾਭ ਪਰ ਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਕਰਮ ਕਰ, ਚੰਗਾ ਕਰਮ ਕਰ, ਜਿਹੜੇ ਤੇਰੇ ਪਹਿਲੇ 25-30 ਸਾਲ ਨੇ, ਜਿਹੜੀ ਪਹਿਲੀ ਲਾਂ ਹੈ। ਹਰ ਪਹਿਲੜੀ ਲਾਭ ਸਿਸਟਮ ਇੱਕ ਐਸਾ ਹੈ ਚਾਰ ਲਾਵਾਂ ਦਾ, ਹਰ ਪਹਿਲੜੀ ਲਾਭ ਜਿਹੜੀ ਹੈ ਉਹਦੇ ਵਿੱਚ ਸਤਿਗੁਰਾਂ ਨੇ ਕਰਮ ਦ੍ਰਿੜਾਇਆ ਬਲਰਾਮ ਜੀ, ਕਰਮ ਦ੍ਰਿੜਾਇਆ ਹੈ, ਪੱਕਾ ਕਰਾਇਆ ਹੈ, ਨਾਮ ਵੀ ਜਪਣਾ ਹੈ ਤੇ ਕੰਮ ਕਾਰ ਕਰਮ ਵੀ ਸੋਹਣੇ ਕਰਨੇ ਹਨ, ਕੰਮ ਕਾਰ ਵੀ ਕਰਨਾ ਹੈ, ਹਰ ਕਰਮ ਵੀ ਜਿਹੜਾ ਹੈ ਉਹ ਸੋਝੀ ਨਾਲ ਕਰਨਾ ਹੈ। ਹਰ ਪਹਿਲੜੀ ਲਾਭ ਪਰਵਿਰਤੀ ਕਿੱਥੋਂ ਸ਼ੁਰੂ ਹੁੰਦੀ ਹੈ? ਕਰਮ ਤੋਂ। ਕਰਮ ਦ੍ਰਿੜਾਇਆ ਬਲਰਾਮ ਜੀ, ਬਲਰਾਮ ਵਾਹਿਗੁਰੂ ਜੀ ਨੂੰ ਕਹਿੰਦੇ ਹਨ ਅਕਾਲ ਪੁਰਖ ਜੀ ਨੂੰ,
क्योंकि उस आराम दे विच वाहिगुरु जी जिहड़े हन उन्हां दे विच ही सारे बलियां दा बल है, उन्हां पासों ही मिलिया होया है। कमाई करन वास्ते कहंदे हन उद्यम करेंदे जियो, तू जिउंदा रह उद्यम करके, कमाई करके, नाल नाल उद्यम भी करना है जिहदे नाल तू नितनेम कर सके, गुरबाणी पढ़ सके, गुरुद्वारे जा सके, साथ संगत विच हाजरी भर सके, ओ उद्यम तेरा तेरे नाल चाहिदा है। कमाई करके सुखां नूं पहुंच, उद्यम करेंदियां जियो तू, कमाम दियां सुख पुंच, जो सुख चाहिदा है, क्योंकि जेड़ी दुनिया विच तू आया है उथे सुख माया नाल, टेंपरेरी सुख माया नाल मिलते हैं। वाहिगुरु भी हेल्प कर देंदे हैं, अकाल पुरख वाहिगुरु जी जे उधर भी उद्यम करता रवे, कला माया वाल ना उद्यम करे, उधर भी उद्यम करे, मेरा रह राज साहब ते नहीं रह गई, मेरा नितनेम ते नहीं रह गया, मेरा गुरु घर जाना ते नहीं रह गया, फिर बरकतां ही बरकतां हन। ऐस ढंग नाल जे को खावे जे को पुंचै, तिसका होए उधार। तियाएं दिया तू प्रभु मिल, तियाएं दिया जिन्नी नाम ते आया गए मुसकत काल, तियाएं दिया तू प्रभु मिल, अपने मालिक नूं त्या अपने मन विच, प्रभु नूं मिल, वाहिगुरु जी नूं मिल, अकाल पुरख जी नूं मिल, दुनिया दे मालिक करता पुरख जी नूं मिल, परमेश्वर जी नूं मिल। नानक उतरी चिंत, सारियां चिंतावां दूर हो जाणगियां, नानक चिंता मत करो, चिंता तिस ही है। जल मैं जीव पायां तिना भिरो जी दे, सारियां चिंतावां दूर हो जांदियां हन जे तू अकाल पुरख वाहिगुरु जी नूं त्यावें। कमाई भी करें, कमाई दे नाल सुख भी पहुंचे, उद्यम ऐसा होवे तेरा, उद्यम करेंदियां जियो तू, कमावदियां सुख पहुंच, त्यावेंदियां तू प्रभु मिल, गई चिंता। नानक उतरी चिंत, हुण सतगुरु कृपा करन उद्यम बख्शिश करदे हन। उद्यम सोई कराए, सोई तो भाव अकाल पुरख ही उद्यम कराउंदे हन। उद्यम सोई कराए प्रभ, ओ उद्यम करांदे हन तां ए तन ते मन, इन्हां दोहां दा बड़ा जोड़ है। कई बारी तन गुरु घर विच हुंदा है, मन दौड़ जांदा है, भज जांदा है, गुरु घर बैठिया ही तन जिहड़ा है बैठा रहिंदा है, मन अपने काम करता रहिंदा, तन नूं भी नहीं टिकण दिंदा, कदी इधर कदी उधर, कदी इधर कदी उधर, मन दा सुभाअ है तन नूं भी कड़ी बहन नहीं दिंदा। अकाल पुरख जी कृपा करन, उद्यम बख्शिश करन, कड़ी गुरु घर विच तन टिक जावे। जे तन टिक जाएगा, नेत्र महाराज के चरणों वाल जोड़े, ते मन भी टिक जाएगा। उद्यम सोई कराए, ओ वाहिगुरु जी उद्यम कराते हैं, ताई अरदास बेनती करी दी है, सतगुरु जी कृपा करो, सतगुरु जी नाम दी दात बख्शिश करो, सतगुरु जी अपने चरणों दा प्यार बख्शिश करो, सतगुरु जी साध संगत बख्शिश करो, सतगुरु जी साधु दी संगत बख्शिश करो, जो जो संग मिले साधु के,
ਤੇਤੇ ਪਤਤ ਪੁਨੀਤਾ ਕਹੋ ਨਾਨਕ ਤਾਕੇ ਵਡ ਭਾਗਾ ਜਨਮ ਜਨਮ ਪਦਾਰਥ ਉਦਮ ਸੋਈ ਕਰਾਏ ਪ੍ਰਭ ਮੇਲੇ ਸਾਧੂ ਗੁਣ ਗਾਓ ਸਾਧੂ ਸਾਧ ਸੰਗਤ ਜਾਂ ਜਿਹੜੇ ਪੂਰਨ ਸਾਧੂ ਹਨ ਜੋ ਜੋ ਸੰਗ ਮਿਲੇ ਸਾਧੂ ਕੇ ਤੇਤੇ ਉਹ ਤੇਤੇ ਦਾ ਭਾਵ ਉਹ ਜੀਵੜੇ ਜਿਹੜੇ ਹਨ ਤੇਤੇ ਪਤਿਤ ਪੁਨੀਤਾ ਪਤਿਤ ਤੋਂ ਪੁਨੀਤ ਹੋ ਗਏ। ਹੁਣ ਫਿਰ ਕਹਿੰਦੇ ਹਨ ਇਹ ਸਾਰਾ ਸ਼ਬਦ ਇਹ ਪ੍ਰਕਰਨ ਉਦਮ ਦਾ ਚੱਲ ਰਿਹਾ ਹੈ। ਮਹਾਰਾਜ ਕਹਿੰਦੇ ਹਨ ਮਨ ਨੂੰ ਤੇ ਮਨਾ ਸੌਣ ਲੱਗਿਆਂ ਤੇਰੇ ਮਨ ਵਿੱਚ ਕਈ ਚਿਤਵਨੀਆਂ ਚੱਲਦੀਆਂ ਰਹਿੰਦੀਆਂ ਹਨ, ਸਵੇਰੇ ਕੀ ਕਰਾਂਗਾ, ਆਹ ਕਿਸ ਤਰ੍ਹਾਂ ਕਰਾਂਗਾ, ਉਹ ਕਿਸ ਤਰ੍ਹਾਂ ਕਰਾਂਗਾ। ਏਦਾਂ ਕਰਦਿਆਂ ਕਰਦਿਆਂ ਰਾਤ ਦਾ 12, 1, 2, 2:30 ਵੱਜ ਜਾਂਦੇ। ਸਤਿਗੁਰੂ ਜੀ ਕਹਿੰਦੇ ਹਨ ਜੇ ਚਿਤਵਨੀ ਕੋਈ ਮਨ ਵਿੱਚ ਚਿਤਵਨੀ ਹੈ ਤੇ ਇਸ ਤਰ੍ਹਾਂ ਦੀ ਚਿਤਵ ਮਨ ਮੈਂ ਚਿਤਵਾ ਚਿਤਵਨੀ ਮਨ ਮਹਿ ਚਿਤਵਾ ਚਿਤਵਨੀ ਕਿਸ ਤਰ੍ਹਾਂ ਦੀ ਚਿਤਵਨੀ ਸਤਿਗੁਰੂ ਜੀ ਉਦਮ ਕਰੋ ਉੱਠ ਨੀਤ ਕਿ ਸਵੇਰੇ ਅੰਮ੍ਰਿਤ ਵੇਲੇ ਮੈਂ ਉੱਠ ਕੇ ਇਸ਼ਨਾਨ ਕਰਾਂ, ਮੈਂ ਗੁਰੂ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਨਾਲ ਜੁੜਾਂ, ਮੈਂ ਗੁਰੂ ਘਰ ਨਾਲ ਜੁੜਾਂ। ਹੁਕਮ ਵੀ ਹਨ ਸਾਰੇ ਦੁੱਖ ਚਲੇ ਜਾਂਦੇ ਨੇ, ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ ਬਿਖੜੇ ਦਾਉ ਲੰਘਾਵੇ ਮੇਰਾ ਸਤਿਗੁਰੂ ਸੁਖ ਸਹਿਜ ਸੇਤੀ ਕਰ। ਬੜੇ ਦੁੱਖ ਦੂਰ ਹੋ ਜਾਂਦੇ ਹਨ ਜੇ ਅੰਮ੍ਰਿਤ ਵੇਲੇ ਬੰਦਾ ਗੁਰਸਿੱਖ ਗੁਰੂ ਕਾ ਪਿਆਰਾ ਇਸ਼ਨਾਨ ਜਦੋਂ ਕਰਦਾ ਹੈ, ਕਿਉਂਕਿ ਗੁਰੂ ਬੰਨ ਦਿੰਦੇ ਨੇ, ਗੁਰੂ ਤੋਂ ਦੂਰ ਹੋਇਆ। ਹੁਕਮ ਹਨ ਮਹਾਰਾਜ ਜੀ ਦੇ ਨਾਮ ਦਾਨ ਇਸ਼ਨਾਨ ਨ ਕੀਓ ਇੱਕ ਨਿਮਖ ਨ ਕੀਰਤ ਗਾਇਓ, ਇੱਕ ਨਿਮਖ ਵੀ ਵਾਹਿਗੁਰੂ 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 ਅਕਾਲ ਪੁਰਖ ਦੀ ਕੀਰਤੀ ਨਹੀਂ ਕੀਤੀ, ਜ਼ਿੰਦਗੀ ਐਵੇਂ ਬਤੀਤ ਕੀਤੀ। ਨਾਮ ਨਾ ਜਪਿਆ ਇਸ਼ਨਾਨ ਨਾ ਕੀਤਾ, ਨਾਮ ਦਾਨ ਇਸ਼ਨਾਨ ਨਾ ਕੀਓ, ਨਾ ਨਾਮ ਜਪਿਆ ਨਾ ਦਾਨ ਕੀਤਾ ਨਾ ਇਸ਼ਨਾਨ ਕੀਤਾ, ਨਾਮ ਦਾਨ ਇਸ਼ਨਾਨ ਨਾ ਕੀਓ ਇੱਕ ਨਿਮਖ ਨ ਕੀਰਤ ਗਾਇਓ, ਨਾ ਨਾ ਝੂਠ ਲਾਏ ਮਨ ਤੋਖਿਓ ਨਾ ਬੂਝਿਓ ਅਪਣਾਇਓ। ਸਤਿਗੁਰੂ ਜੀ ਕਹਿੰਦੇ ਹਨ ਸੌਣ ਲੱਗਿਆਂ ਜੇ ਚਿਤਵਣਾ ਹੈ ਤੇ ਆ ਚਿਤਵਣਾ ਮਨ ਵਿੱਚ ਕਰ। ਮਨ ਮੈਂ ਚਿਤਵਾ ਚਿਤਵਨੀ ਆ ਉਦਮ ਕਰ, ਉਦਮ ਕਰੋ ਉੱਠ ਨੀਤ, ਉਦਮ ਕਰੋ ਉੱਠ ਨੀਤ, ਚੱਲ ਕੇ ਕੀਰਤਨ ਸੁਣਾ ਜਾਂ ਕੀਰਤਨ ਕਰਾਂ। ਕਰ ਕੀਰਤਨ ਮਨ ਸੀਤਲ ਭਏ ਜਨਮ ਜਨਮ ਕੇ ਕਿਲ ਵਿਖ ਗਏ। ਹਰਿਮੰਦਰ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਕੀਰਤਨ ਹੁੰਦਾ ਹੈ, ਇੱਕ ਇੱਕ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਸ਼ਬਦ ਹਿਰਦੇ ਵਿੱਚ ਵਸਦਾ ਜਾਂਦਾ ਹੈ। ਪ੍ਰਗਟ ਅਨਹਦ ਧੁਨ ਜਿਹੜੀ ਹੈ ਗੁਰਸਿੱਖ ਉਸਨੂੰ ਪ੍ਰਾਪਤ ਕਰਦੇ ਹਨ। ਉਦਮ ਕਰੋ ਉੱਠ ਨੀਤ, ਨੀਤ ਡੇਲੀ ਰੋਜ਼, ਹੁਣ ਕਹਿੰਦੇ ਹਨ ਤੂੰ ਉਦਮ ਤੇ ਬਹੁਤ ਕਰਦਾ ਹੈ। ਉਦਮ ਕਰ ਹੈ ਅਨੇਕ, ਬੜੇ ਉਦਮ ਕਰਦਾ ਹੈ ਬੰਦਾ, ਬੁਰੇ ਕੰਮ ਕੋ ਉੱਠ ਖਲੋਇਆ, ਉਦਮ ਕਰਦਾ ਹੈ ਬੁਰੇ ਕੰਮਾਂ ਵਾਸਤੇ। ਨਾਮ ਕੀ ਬੇਲਾ ਪੈ ਪੈ ਸੋਇਆ, ਇਹ ਵੀ ਉਦਮ ਕਰਦਾ ਹੈ ਮੈਂ ਸੌ ਜਾਵਾਂ ਚੁੱਪ ਕਰਕੇ। ਉਦਮ ਕਰ ਹੈ ਅਨੇਕ, ਦੂਜਿਆਂ ਨੂੰ ਦੁੱਖ ਦੇਣ ਦਾ ਵੀ ਉਦਮ ਕਰਦਾ ਹੈ ਜੀਭਾਂ ਦੇ ਨਾਲ, ਆਪਣੀ ਦੇਹ ਨੂੰ ਦੁੱਖ ਦੇਣ ਦਾ ਵੀ ਉਦਮ ਕਰਦਾ ਹੈ, ਲੋਕਾਂ ਦਾ ਬੁਰਾ ਕੰਨਾਂ ਦੇ ਨਾਲ ਸੁਣਨ ਕਰਕੇ ਆਪਣੇ ਆਪ ਨੂੰ ਦੁੱਖ ਦੇਣ ਦਾ ਸਾਰਾ ਦਿਨ ਉਦਮ ਕਰਦਾ ਰਹਿੰਦਾ ਹੈ। ਕਮਾਈ ਕਰਨ ਵਾਸਤੇ ਵੀ ਉਦਮ ਕਰਦਾ ਰਹਿੰਦਾ ਹੈ ਪਰ ਨਾਮ ਦੀ ਕਮਾਈ ਨਹੀਂ ਕਰਦਾ,
ਨਾਮ ਧਨ ਜਿਸ ਜਨ ਕੇ ਪਾਲੇ ਸੋਈ ਪੂਰਾ ਸਹ। ਬੜੇ ਉਦਮ ਕਰਦਾ ਹੈ ਪਰ ਨਾਮ ਨਹੀਂ ਜਪਦਾ, ਨਾਮ ਵਾਸਤੇ ਉਦਮ ਨਹੀਂ ਕਰਦਾ। ਮੈਂ ਘੜੀ ਸਤਨਾਮ ਵਾਹਿਗੁਰੂ ਵੀ ਜਪ ਲਾ। ਉਦਮ ਕਰ ਹੈ ਅਨੇਕ, ਹਰ ਕੰਮ ਵਾਸਤੇ ਇਹਦਾ ਬਲੱਡ ਕੰਮ ਕਰਨ ਲੱਗ ਪੈਂਦਾ ਹੈ, ਉਦਮ ਕਰਦਾ ਹੈ ਪਰ ਹਰ ਨਾਮ ਨਗਾਵਹੀ, ਵਾਹਿਗੁਰੂ ਦਾ ਨਾਮ ਜਪਣ ਵਾਸਤੇ ਇਹ ਉਦਮ ਨਹੀਂ ਕਰਦਾ। ਉਦਮ ਕਰ ਹੈ ਅਨੇਕ, ਹਰ ਨਾਮ ਨਗਾਵਹੀ। ਗੁਰੂ ਪਿਆਰਿਓ, ਇਹ ਪ੍ਰਕਰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਵਿੱਚੋਂ ਉਦਮ ਦਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਬਹੁਤ ਸਾਰੇ ਹੋਰ ਵੀ ਸ਼ਬਦ ਹਨ, ਥੋੜੇ ਥੋੜੇ ਸ਼ਬਦ ਦਾਸ ਨੇ ਲਏ ਹਨ। ਪਹਿਲਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਪੱਥਰਾਂ ਵਿੱਚ ਵੀ ਅਕਾਲ ਪੁਰਖ ਰੋਜੀ ਦੇ ਰਹੇ ਹਨ, ਤੂੰ ਕਿਉਂ ਇੰਨੀ ਚਿੰਤਾ ਕਰਦਾ ਹੈ। ਫਿਰ ਦੂਜੇ ਵਿੱਚ ਕਹਿੰਦੇ ਹਨ ਕਿ ਤੇਰਾ ਮਨ ਜੇ ਮੈਲਾ ਹੋ ਗਿਆ ਹੈ, ਉਦਮ ਕਰਕੇ ਸਿਮਰਨ ਕਰ, ਅਕਾਲ ਪੁਰਖ ਦੇ ਚਰਨਾਂ ਨਾਲ ਜੋੜ, ਤੇਰਾ ਮਨ ਨਿਰਮਲ ਹੋ ਜਾਵੇਗਾ, ਸਾਫ਼ ਹੋ ਜਾਵੇਗਾ। ਗੁਰਬਾਣੀ ਜਿਹੜੀ ਹੈ ਉਹ ਨਿਰਮਲ ਮਨ ਵਿੱਚ ਟਿਕਦੀ ਹੈ। ਸਾਰਿਆਂ ਸੁੱਖਾਂ ਦਾ ਸਾਰ ਫਿਰ ਸਤਿਗੁਰੂ ਜੀ ਕਹਿੰਦੇ ਹਨ, ਆਨੰਦ ਦਾ ਸਾਰ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣ ਦਾ ਉਦਮ ਜਿਹੜਾ ਹੈ ਉਹ ਤੈਨੂੰ ਸਾਰੇ ਸੁੱਖ ਦੇ ਦੇਵੇਗਾ। ਫਿਰ ਫਰਮਾਇਆ ਹੈ, ਉਦਮ ਕਰਕੇ ਤੂੰ ਕਮਾਈ ਕਰ, ਕਮਾਈ ਕਰਕੇ ਜੋ ਤੈਨੂੰ ਚਾਹੀਦਾ ਹੈ ਉਹਨਾਂ ਸੁੱਖਾਂ ਨੂੰ ਤੂੰ ਪਹੁੰਚ, ਪਰ ਯਾਦ ਰੱਖੀ ਤੇ ਆਇਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ, ਤੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਣਾ ਨਾ ਤੂੰ ਭੁੱਲ ਜਾ। ਉਦਮ ਉਹ ਭਲਾ ਹੈ ਜਿਹਦੇ ਨਾਲ ਸਾਧ ਸੰਗਤ ਕਰੇ, ਉਦਮ ਉਹ ਭਲਾ ਹੈ ਰਾਤੀ ਸੌਣ ਲੱਗਿਆਂ ਚਿਤਵਨੀ ਚਿਤਵੇ ਕੇ ਮਾਲਕ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ। ਅਖੀਰ ਵਿੱਚ ਦਾਸ ਨੇ ਸ਼ਬਦ ਲਿਆ ਹੈ ਉਦਮ ਦਾ, ਉਦਮ ਕਰਹਿ ਅਨੇਕ, ਬੜੇ ਉਦਮ ਕਰਦਾ ਬੰਦਾ ਪਰ ਇੱਕ ਉਦਮ ਨਹੀਂ ਕਰਦਾ, ਹਰ ਨਾਮ ਨਗਾਵਹੀ। ਹਰ ਨਾਮ ਨਗਾਵਹੀ, ਨਾਮ ਤੋਂ ਬਿਨਾਂ ਉਧਾਰ ਨਹੀਂ, ਨਾਮ ਤੋਂ ਬਿਨਾਂ ਬੰਦਾ ਰਾਹ ਨਹੀਂ ਪੈ ਸਕਦਾ, ਨਾਮ ਤੋਂ ਬਿਨਾਂ ਆਪਣੇ ਘਰ ਦੀ ਯਾਦ ਨਹੀਂ ਆਉਂਦੀ, ਨਾਮ ਬਿਨਾਂ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਨ ਮੈਂ ਪਾਏ। ਇਹ ਸ਼ਬਦ ਹੈ, ਮਿਲ ਮੇਰੇ ਗੋਬਿੰਦ ਆਪਣਾ ਨਾਮ ਤੇ ਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ। ਪਾਗਾਂ ਵਾਲੇ ਬਣੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ। ਇਸ ਵੇਲੇ ਗੁਰੂ ਹਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਇਸ ਵੇਲੇ ਗੁਰਬਾਣੀ ਗੁਰੂ ਹੈ, ਬਾਣੀ ਗੁਰੂ ਗੁਰੂ ਹੈ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਜੋ ਗੁਰਬਾਣੀ ਹੁਕਮ ਕਰਦੀ ਹੈ, ਜੋ ਗੁਰਬਾਣੀ ਕਹਿੰਦੀ ਹੈ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਜਿਹੜੇ ਉਹਦੇ ਜਨ ਹਨ, ਸੇਵਕ ਹਨ, ਗੁਰਸਿੱਖ ਹਨ, ਗੁਰੂ ਪਿਆਰੇ ਹਨ, ਸੇਵਕ ਸਿੱਖ ਪੂਜਣ ਸਭ ਆਮ ਹੈ, ਸਭ ਗਾਵੇ ਹੈ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਨੀ। ਉਦਮ ਕਰਨਾ ਹੈ, ਆਪਣਾ ਨਿਤ ਨੇਮ ਕਰਨਾ ਹੈ, ਉਦਮ ਕਰਨਾ ਹੈ, ਗੁਰੂ ਘਰ ਜਾ ਕੇ ਮੱਥਾ ਟੇਕਣਾ ਹੈ, ਉਦਮ ਕਰਨਾ ਹੈ, ਸਾਧ ਸੰਗਤ ਵਿੱਚ ਜਾ ਕੇ ਬੈਠਣਾ ਹੈ, ਉਦਮ ਕਰਨਾ ਹੈ, ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦਿਰੜਾਇਆ ਬਿਨ ਰਾਮ ਜੀਓ, ਆਪਣਾ ਕਰਮ ਵੀ ਕਰਨਾ ਹੈ, ਤਾਂ ਕਿ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਕਿਸੇ ਪਾਸਿਓਂ ਦਾਤਾਰ ਪਾਤਸ਼ਾਹ ਜੀ ਕੋਈ ਮਾਇਆ ਦੀ ਭੁੱਖ ਵੀ ਨਾ ਰਹਿ ਜਾਵੇ। ਉਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪਹੁੰਚ, ਤੇ ਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਤੋ ਇਤਨੀ ਕੁ ਸੇਵਾ ਅੱਜ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ।
ਬਹੁਤ ਭੁੱਲਾਂ ਹੋ ਜਾਂਦੀਆਂ ਹਨ। ਪਵਿੱਤਰ ਗੁਰਬਾਣੀ ਪੜ੍ਹਨ ਲੱਗਿਆਂ ਤੁਕ ਲਾ ਕੰਨਾ ਅੱਖਰ ਅੱਗੇ ਪਿੱਛੇ ਪੜ੍ਹਿਆ ਜਾਂਦਾ ਹੈ। ਦਾਸ ਦਿਲਬਾਗ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਚਰਨਾਂ ਵਿਖੇ ਹੱਥ ਜੋੜ ਕੇ ਦੋਵੇਂ ਹੱਥ ਜੋੜ ਕੇ ਖਿਮਾ ਮੰਗਦਾ ਹੈ, ਮੁਆਫ਼ੀ ਮੰਗਦਾ ਹੈ, ਸਤਿਗੁਰ ਜੀ ਭੁੱਲਾਂ ਖਿਮਾ ਕਰ ਦੇਣੀ ਆ, ਸਤਿਗੁਰ ਜੀ ਅੱਗੇ ਤੋਂ ਸਮੱਤੀ ਬਖਸ਼ਿਸ਼ ਕਰਨੀ, ਸੁੱਧ ਪਵਿੱਤਰ ਗੁਰਬਾਣੀ ਪੜ੍ਹਨ ਦਾ ਬਲ ਬੁੱਧ ਸਮਰੱਥਾ ਬਖਸ਼ਿਸ਼ ਕਰਨੀ ਜੀ। ਜਿਨ੍ਹਾਂ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਵਿੱਚੋਂ ਉੱਦਮ ਦੇ ਸ਼ਬਦ ਸਰਵਣ ਕੀਤੇ ਹਨ, ਆਪ ਸਾਧ ਸੰਗਤ ਵੀ ਗੁਰੂ ਰੂਪ ਹੋ ਵਿੱਚ ਸੰਗਤ ਹਰ ਪ੍ਰਭ ਵਸੇ ਜੀ, ਉਦਾਸ ਨੂੰ ਖਿਮਾ ਕਰ ਦੇਣਾ, ਭੁੱਲਾਂ ਨਾ ਚਿਤਾਰਨੀਆਂ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਤੋਂ ਸੋਝੀ ਬਖਸ਼ਿਸ਼ ਕਰਨ, ਸੁੱਧ ਪਵਿੱਤਰ ਪਾਵਨ ਗੁਰਬਾਣੀ ਪੜ੍ਹਨ ਦਾ ਬਲ ਬੁੱਧ ਸਮਰੱਥਾ ਬਖਸ਼ਿਸ਼ ਕਰਨ। ਇਹ ਸਾਰੀ ਸੇਵਾ ਯੂਟਿਊਬ ਨੇ ਕੀਤੀ ਹੈ। ਦੋਵੇਂ ਹੱਥ ਜੋੜ ਕੇ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ, ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਬਹੁਤ ਸਵਾਰ ਸਵਾਰ ਕੇ ਪਵਿੱਤਰ ਗੁਰਬਾਣੀ ਦੇ ਨਿਰੋਲ ਪਾਠ, ਸੰਤਾਂ ਮਹਾਂਪੁਰਖਾਂ ਦੇ ਬਚਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੀ ਕਥਾ, ਕਿਉਂਕਿ ਗੁਰਬਾਣੀ ਹੀ ਇਸ ਵੇਲੇ ਬੋਹਿਤ ਹੈ, ਜਹਾਜ਼ ਹੈ, ਗੁਰਬਾਣੀ ਹੀ ਵਾਹਿਗੁਰੂ ਜੀ ਦਾ ਸਰੂਪ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਅਕਾਲ ਪੁਰਖ ਜੀ ਯੂਟਿਊਬ ਦੇ ਸੇਵਾਦਾਰਾਂ ਨੂੰ, ਵਰਕਰਾਂ ਨੂੰ, ਜਿਹੜਾ ਪਾਸਾ ਗੁਰੂ ਵਾਲਾ ਹੈ, ਅਕਾਲ ਪੁਰਖ ਜੀ ਵਾਲਾ ਹੈ, ਨਿਰੰਕਾਰ ਜੀ ਵਾਲਾ ਹੈ, ਰੱਬ ਵਾਲਾ ਹੈ, ਪਰਮੇਸ਼ਰ ਜੀ ਵਾਲਾ ਹੈ, ਸਤਿਗੁਰ ਜੀ ਉਸ ਪਾਸੇ ਦੀ ਸੇਵਾ ਇਹਨਾਂ ਨੂੰ ਯੂਟਿਊਬ ਵਾਲਿਆਂ ਨੂੰ ਬਾਬਾ ਜੀ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰਨੀ, ਇੱਥੇ ਵੀ ਦਰਗਾਹ ਦੇ ਵਿੱਚ ਵੀ ਸਹਾਈ ਹੋ ਜਾਣਾ, ਕਿਉਂਕਿ ਦੁਨੀਆਂ ਤੋਂ ਸਭ ਕੁਝ ਮੁੱਕ ਜਾਵੇਗਾ ਪਰ ਗੁਰੂ ਦਾ ਸ਼ਬਦ ਕਦੀ ਨਾ ਮੁੱਕੇਗਾ। ਜੋਗੋ ਜੋਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਵੀ ਨਾ ਮੁੱਕੇਗੀ, ਕਿਉਂ ਗੁਰਬਾਣੀ ਗੁਰੂ ਦਾ ਸ਼ਬਦ ਹੈ। ਸਿੱਖ ਹੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ, ਉਸ ਸ਼ਬਦ ਦੀ ਸੇਵਾ ਕਰ ਰਹੇ ਹਨ ਯੂਟਿਊਬ ਵਾਲੇ। ਵਾਹਿਗੁਰੂ ਇਹਨਾਂ ਨੂੰ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨ। ਦਾਤਾਰ ਪਾਤਸ਼ਾਹ ਜੀ ਯੂਟਿਊਬ ਦੇ ਸਿਰ ਤੇ, ਜਿਹੜਾ ਪਾਸਾ ਸਤਿਗੁਰਾਂ ਵਾਲਾ ਹੈ, ਆਪਣਾ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਹੁਣ ਜਿਹੜਾ ਯੁੱਗ ਹੈ, ਸਾਇੰਸ ਦਾ ਯੁੱਗ ਹੈ, ਆਪਣੇ ਸਿਸਟਮ ਦੇ ਮੁਤਾਬਕ ਉਹਨਾਂ ਮਨਾਂ ਵਾਸਤੇ ਇਹ ਗੁਰਬਾਣੀ ਪਾ ਚੱਲੇ ਹਨ। ਜਦੋਂ ਜੀ ਅੱਗੇ ਪਿੱਛੇ ਵੀ ਹੋ ਜਾਣਗੇ, ਆਉਣ ਵਾਲੇ ਜਿਹੜੇ ਜੀ ਹਨ ਉਹ ਵੀ ਇਸ ਪਵਿੱਤਰ ਗੁਰਬਾਣੀ ਨੂੰ ਸੁਣ ਕੇ ਆਪਣੇ ਮਨ ਵਿੱਚ ਉੱਦਮ ਪੈਦਾ ਕਰਨਗੇ। ਅਸੀਂ ਗੁਰਦੁਆਰੇ ਜਾਈਏ, ਅਸੀਂ ਪਾਠ ਕਰੀਏ, ਅਸੀਂ ਨਿਤਨੇਮ ਕਰੀਏ, ਅਸੀਂ ਉੱਦਮ ਕਰੀਏ, ਕਮਾਈ ਕਰੀਏ ਤੇ ਆਪਣੀ ਕਮਾਈ ਕਰਕੇ ਜਿਹੜੇ ਸੁੱਖ ਹਨ ਉਹਨਾਂ ਨੂੰ ਪੂੰਜੀਏ। ਗੁਰਬਾਣੀ ਪੜ੍ਹ ਪੜ੍ਹ ਕੇ ਨਾਮ ਵੀ ਜਪੀਏ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ। ਇਹ ਗੁਰਬਾਣੀ ਨੂੰ ਸੁਣ ਕੇ ਉਹਨਾਂ ਦਾ ਭਲਾ ਹੋ ਜਾਵੇਗਾ। ਕੋਈ ਅੱਖਰ ਜੇ ਮਨ ਵਿੱਚ ਵਸ ਗਿਆ, ਸਾਧ ਸੰਗਤ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਯੂਟਿਊਬ ਵਾਸਤੇ ਅਰਦਾਸ ਹੈ ਅਕਾਲ ਪੁਰਖ ਜੀ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ, ਖੁਸ਼ੀਆਂ ਬਖਸ਼ਿਸ਼ ਕਰਨੀਆਂ। ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਇਹ ਪਵਿੱਤਰ ਗੁਰਬਾਣੀ ਆਪ ਜੀ ਨੇ ਜੋ ਉੱਦਮ ਦੇ ਸ਼ਬਦ ਹਨ, ਕੁਝ ਸ਼ਬਦ ਚੁਣ ਕੇ ਦਾਸ ਨੇ ਕਥਾ ਕੀਤੀ ਹੈ। ਹੋ ਸਕਦਾ ਹੈ ਕੋਈ ਅੱਖਰ ਮਨ ਵਿੱਚ ਵਸ ਜਾਵੇ, ਭੁੱਲਾਂ ਜਿਹੜੀਆਂ ਹਨ ਉਹ ਖਿਮਾ ਕਰ ਦੇਣੀਆਂ, ਕਿਉਂਕਿ ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਗੁਰਬਾਣੀ ਪੜ੍ਹਿਆ ਕਰੋ, ਗੁਰਬਾਣੀ ਸੁਣਿਆ ਕਰੋ, ਬਿਨਾਂ ਗੁਰਬਾਣੀ ਤੋਂ ਇਸ ਵੇਲੇ ਪਿਆਰਿਓ ਕੋਈ ਆਸਰਾ ਨਹੀਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।